ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਹੀ ਚੈਨਲ ਤੇ। ਤੇ ਅੱਜ ਦੀ ਵੀਡੀਓ ਇੱਕ ਹੋਰ ਰੋਸਟ ਵੀਡੀਓ ਹੈ। ਵੀਡੀਓ ਨੂੰ ਕਿਸੇ ਨੇ ਵੀ ਸੀਰੀਅਸ ਨਹੀਂ ਲੈਣਾ ਤੇ ਆਪਣੇ ਦਿਲ ਤੇ ਹਾਰਟ ਅਟੈਕ ਨਹੀਂ ਲਿਆਣਾ। ਇਹ ਵੀਡੀਓ ਸਿਰਫ ਔਰ ਸਿਰਫ ਐਂਟਰਟੇਨਮੈਂਟ ਪਰਪਸ ਲਈ ਹੈ। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਹੀ ਲਾਈਕ ਕਰ ਦਿਓ, ਤੁਹਾਨੂੰ ਪਤਾ ਵੀਡੀਓ ਤਾਂ ਹੋਣ ਲੱਗੀ ਹੈ ਵਧੀਆ। ਕਿਹੜਾ ਪਾਰਟ ਬੈਸਟ ਲੱਗਿਆ ਨੀਚੇ ਕਮੈਂਟ ਕਰਕੇ ਦੱਸਣਾ ਐਂਡ ਕਿਹੜੇ ਸਿੰਗਰ ਦਾ ਰੋਸਟ ਬਣਾਈ ਉਹ ਵੀ ਦੱਸ ਦੇਣਾ। ਸੋਰੀ ਯਾਰ ਦਲਜੀਤ ਦੋਸਾਂ ਦਾ ਰੋਸਟ ਆ ਨਹੀਂ ਪਾਇਆ ਕੁਛ ਪ੍ਰੋਬਲਮ ਦੇ ਕਾਰਨ, ਕੁਛ ਇਸ਼ੂਜ਼ ਦੇ ਕਾਰਨ, ਤਾਂ ਅਸੀਂ ਕਰਨ ਔਜਲਾ ਵੀਰ ਦਾ ਰੋਸਟ ਪਾ ਰਹੇ ਹਾਂ। ਵੀਡੀਓ ਨੂੰ ਠੀਕ ਹੈ ਜੀ ਲਾਈਕ ਲੂਇਕ ਕਰਕੇ ਸ਼ੇਅਰ ਜ਼ਰੂਰ ਕਰ ਦੇਣਾ। ਚਲੋ ਫਿਰ ਆ ਜਾਓ ਸਟਾਰਟ ਕਰਦੇ ਹਾਂ ਵੀਡੋ, ਆ ਜਾਓ ਫਿਰ। ਸੱਚੀ ਯਾਰ ਅੱਜ ਤਾਂ ਮੈਂ ਬਹੁਤ ਜ਼ਿਆਦਾ ਥੱਕ ਗਿਆ ਯਾਰ। ਆ ਕਿਹਦਾ ਫੋਨ ਆ ਗਿਆ? ਹੈਲੋ, ਕੌਣ? ਕਰਨ ਔਜਲਾ। ਉਹ ਅੱਛਾ ਅੱਛਾ ਉਹੀ ਕਰਨ ਔਜਲਾ ਨਾ, ਜਿਹਦੀ ਬਹੁਤ ਨਿਊਜ਼ ਫੈਲ ਰਹੀ ਹੈ ਕਿ ਸਿੱਧੂ ਮੂਸੇ ਵਾਲੇ ਨਾਲ ਲੜ ਰਿਹਾ ਹੈ। ਵੈਸੇ ਲੜ ਕਿਉਂ ਰਹੇ ਹੋ? ਮੈਂ ਨਾ ਹੀ ਰਾਜੀ ਲੜ ਕੇ। ਹੈ ਲੜ ਕੇ ਰਾਜੀ ਨਹੀਂ ਹੋ? ਫਿਰ ਨਿਊਜ਼ ਕਿਉਂ ਫੈਲਾ ਰਹੇ ਆ ਯਾਰ ਬੰਦੇ? ਚਲੋ ਯਾਰ ਫਿਰ ਆਪਾਂ ਕੋਈ ਹੋਰ ਗੱਲ ਕਰ ਲੈਂਦੇ ਹਾਂ। ਤੇ ਮੈਨੂੰ ਤੁਸੀਂ ਉਹ ਦੱਸੋ ਇਹ ਤੁਹਾਡੇ ਨਾਲ ਕੌਣ ਖੜਾ? ਅੱਖ ਜੇ ਕੋਈ ਰੱਖੂ ਮੇਰੀ ਜਾਨ ਦੇ ਉੱਤੇ, ਅੱਖ ਦੇ ਇਸ਼ਾਰੇ ਨਾਲ ਮੋੜ ਦੇ ਰਿਹਾ। ਅੱਛਾ ਅੱਛਾ ਸੋਰੀ ਸੋਰੀ ਵੀਰੇ ਸੋਰੀ। ਭਾਈ ਜੀ ਵੈਸੇ ਤੁਹਾਡੇ ਬੈਸਟ ਫਰੈਂਡ ਦਾ ਕੀ ਨਾਮ ਆ? ਹੋਰ ਕਰਨ ਭਾਈ ਜੀ ਤੁਹਾਡਾ ਨਾਮ ਨੂਮ ਚੱਲਦਾ ਪਿਆ ਕਿ ਨਹੀਂ? ਸਾਈਨ ਚੱਲੇ ਮਿੱਤਰਾਂ ਦਾ ਪੈਸੇ ਦੀ ਜਗ੍ਹਾ। ਸੱਚੀ ਭਾਜੀ ਫਿਰ ਨਾ ਮੇਰੇ ਪਾਪਾ ਨੇ ਨਾ ਮਰਸੀਡੀਜ਼ ਕਢਾਣੀ ਆ ਤੇ ਪੈਸੇ ਥੋੜੇ ਜਿਹੇ ਪੈ ਰਹੇ ਆ ਘੱਟ, ਤੇ ਤੁਸੀਂ 2 ਮਿੰਟ ਯਾਰ ਮੈਂ ਤੁਹਾਨੂੰ ਫੇਸਬੁੱਕ ਜਾਂ ਵਟਸਐਪ ਤੇ ਮੈਸੇਜ ਕਰ ਦਾਂਗਾ ਕਿ ਫਿਰ ਤੁਸੀਂ ਆ ਕੇ ਨਾ ਮਸਤ ਸਾਈਨ ਕਰ ਦੇਣਾ ਤੇ ਬਸ ਆਪਾਂ ਫਿਰ ਕਰਾ ਲੈਣਾ ਬੁੱਕ ਗੱਡੀ, ਠੀਕ ਹੈ? ਭਾਈ ਜੀ ਦੇਖੋ ਜੀ ਕੁੜੀ ਤਾਂ ਚਾਹੀਦੀ ਹੈ ਮੈਨੂੰ ਵੀ, ਤੇ ਮਤਲਬ ਤੁਹਾਨੂੰ ਕੁੜੀ ਨੇ ਕੀ ਦੇਖ ਕੇ ਪਸੰਦ ਕੀਤਾ, ਉਹਨੂੰ ਤੁਹਾਡੀ ਕੀ ਕੁਆਲਿਟੀ ਵਧੀਆ ਲੱਗੀ ਹੈ? ਅੱਛਾ ਇਹ ਗੱਲ ਆ, ਫਿਰ ਮੈਂ ਵੀ ਕੱਲ ਤੋਂ ਫੇਸ ਵਾਸ਼ ਲਾ ਕੇ ਨਾ ਵਾਲੀਆਂ ਪਾ ਲਿਆ ਕਰਾਂਗਾ, ਕੀ ਪਤਾ 2-4 ਆ ਹੀ ਜਾਣ। ਸਹੀ ਟ੍ਰਿਕ ਹੈ ਵੈਸੇ ਯਾਰ। ਭਾਈ ਮੈਨੂੰ ਸੁਣਨ ਚ ਆਇਆ ਤੁਸੀਂ ਲੈਂਬਰਗਿਨੀ ਤੇ ਹੋਰ ਬਹੁਤ ਸਾਰੀ ਗੱਡੀਆਂ ਕਢਾਈਆਂ। ਮੇਰੀ ਸੋਚ ਤੇ ਨਾ ਜਾਓ, ਮੈਂ ਪਹਿਲਾਂ ਹੀ ਕਹਿ ਰਿਹਾ ਸੋਚ ਮੇਰੀ ਬਹੁਤ ਵੱਡੀ ਆ, ਮੈਂ ਨੈਨੋ ਕਢਾ ਲੂ ਹੁਣੀ। ਚਲੋ ਐਵੇਂ ਕਰੋ ਇਹ ਜਿਹੜੇ ਤੁਹਾਡੇ ਨਾਲ ਨਹੀਂ ਖੜੇ 1 ਮਿੰਟ ਇਹਨਾਂ ਨਾਲ ਗੱਲ ਕਰਾਣਾ। ਸੁਣਿਆ ਮਤਲਬ ਤੁਸੀਂ ਬਹੁਤ ਟਾਈਮ ਇਹਨਾਂ ਨਾਲ ਹੀ ਰਹਿੰਦੇ ਹੋ, ਤੇ ਮੈਨੂੰ ਇੱਕ ਗੱਲ ਪੁੱਛਣੀ ਹੈ ਤੁਹਾਡੀ, ਮਤਲਬ ਡਿਮਾਂਡ ਕੀ ਆ ਤਾਂ ਕਿ ਫਿਰ ਮਤਲਬ ਡਨ ਹੋ ਜਾਏਗਾ ਰਿਸ਼ਤਾ? ਵੈਸੇ ਤਾਂ ਯਾਰ ਜਿੱਥੇ ਤੱਕ ਅੱਜ ਤੱਕ ਮਤਲਬ ਮੈਂ ਨੋਟਿਸ ਕੀਤਾ ਨਾ ਇਹਨਾਂ ਨੂੰ, ਵੇਲ ਬੁਣਾ ਤਾਂ ਮਤਲਬ ਇਹਨਾਂ ਦੀ ਹੋਬੀ ਬਣ ਚੁੱਕੀ ਆ। ਪਰ ਚਲੋ ਜੇ ਤੁਹਾਡੇ ਲਈ ਛੱਡ, ਵੈਸੇ ਤਾਂ ਛੱਡਣਗੇ ਨਹੀਂ ਜੇ। ਚਲੋ ਐਵੇਂ ਦੱਸੋ ਜੇ ਵੇਲ ਪੁਣਾ ਨੇ ਨਾ ਛੱਡਿਆ ਫਿਰ ਮਤਲਬ ਕੀ ਹੋਏਗਾ? ਹਾਈ ਕੋਈ ਡਿਮਾਂਡ ਵੇਲ ਪੁਣਾ ਛੱਡ ਦੇ, ਵੇਖ ਲੈ ਨਹੀਂ ਤਾਂ ਜੱਟੀ ਹੋ ਜੂ ਅੱਡ ਵੇ, ਤੇਰੇ ਆ ਪ੍ਰੋਮਿਸਾਂ ਨੇ ਪੀਤਾ ਖੂਨ। ਗੱਲ ਕਰਾਂਗਾ ਵੀ ਜਿਵੇਂ ਕੋਈ ਪੰਗਾ ਪੁੰਗਾ ਪੈ ਗਿਆ ਫਿਰ ਗੁੰਡਾ ਵਗੈਰਾ ਨਹੀਂ ਬਣਨਗੇ, ਮਤਲਬ ਵੀ ਵੇਲ ਪੁਣਾ ਨਹੀਂ ਕਰਨਗੇ, ਹੱਥ ਜੋੜ ਕੇ ਮਾਫੀ ਮੰਗ ਲੈਣਗੇ। ਪਰ ਅੱਜ ਕੱਲ ਹੱਥ ਜੋੜ ਕੇ ਨਹੀਂ ਹੱਥ ਤੋੜ ਕੇ ਠੀਕ ਹੁੰਦੇ ਆ ਯਾਰ। ਕਦੀ ਕਹਿੰਦੇ ਹੋ ਵੇਲ ਪੁਣਾ ਛੱਡ ਦੇ, ਜਦੋਂ ਮੈਂ ਫਿਰ ਛੁਡਾਉਣ ਦੀ ਗੱਲ ਕਰਨਾ ਤੁਸੀਂ ਕਹਿੰਦੇ ਮਾਰ ਕੇ ਮੰਨਣਗੇ। ਤੁਸੀਂ ਐਵੇਂ ਕਰੋ ਆਪਸ 'ਚ ਗੱਲ ਕਰ ਲਓ, ਮੇਰੀ ਵੀਡੀਓ ਹੋ ਜਾਏਗੀ ਇਸ ਤੋਂ ਬਾਅਦ ਲੰਬੀ, ਤੁਹਾਡੇ ਨਾਲ ਜੇ ਗੱਲ ਕਰਨ ਲੱਗਿਆ ਤੁਸੀਂ ਆਪਸ 'ਚ ਗੱਲ ਕਰ ਲੈਣਾ ਤੇ ਮੈਂ ਚੱਲਾਂ ਫਿਰ। ਥੈਂਕ ਯੂ, ਓਕੇ, ਬਾਏ ਬਾਏ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਸਭ ਕੁਝ ਕਰਕੇ ਮਤਲਬ ਦੱਸ ਦੇਣਾ। ਤੇ ਮੈਨੂੰ ਪਤਾ ਥੋੜ੍ਹੀ ਜਿਹੀ ਵੀਡੀਓ ਬੇਕਾਰ ਹੋ ਗਈ ਕਿਉਂਕਿ ਯਾਰ ਮੈਂ ਬਹੁਤ ਵਧੀਆ ਦਲਜੀਤ ਦੋਸਾਂਝ ਤੇ ਲਿਖੀ ਸੀ ਵੀਡੀਓ ਤੇ ਉਹਨਾਂ ਕੁਛ ਇਸ਼ੂ ਕਾਰਨ ਨਹੀਂ ਬਣਾ ਪਾਇਆ। ਮੈਂ ਜਲਦੀ ਦਲਜੀਤ ਦੋਸਾਂਝ ਦੇ ਰੋਸਟ ਲਿਆਵਾਂਗਾ ਉਹੀ ਵਾਲਾ, ਉਸ 'ਚ ਕੋਈ ਲਾਈਨ ਸੀ ਜੋ ਉਸ ਕਾਰਨ ਗੜਬੜ ਹੋ ਰਹੀ ਸੀਗੀ, ਤਾਂ ਮੈਂ ਉਹਨੂੰ ਸੋਲਵ ਕਰਕੇ ਅਗਲਾ ਰੋਸ਼ ਹੈ ਦਲਜੀਤ ਦੋਸਾਂਝ ਦਾ ਲਿਆਵਾਂਗਾ। ਅਤੇ ਮੈਂ ਵਾਈਨਸ ਵੀ ਬਹੁਤ ਜਲਦੀ ਕੰਟੀਨਿਊ ਕਰਾਂਗਾ। ਇਹ ਤਾਂ ਮੈਂ ਕਰਨ ਔਜਲਾ ਦਾ ਰੋਸ ਤਾਂ ਬਣਾਇਆ, ਜਦੋਂ ਮੈਂ ਸਟੋਰੀ ਪਾਈ ਵੀਡੀਓ ਨਹੀਂ ਆ ਰਹੀ ਅੱਜ ਤਾਂ ਬਹੁਤ ਕਹਿਣ ਲੱਗ ਗਏ ਪਲੀਜ਼ ਆਉਣ ਦਿਓ, ਮਤਲਬ ਵੀ ਅਸੀਂ ਕਿਹਾ ਸੀਗਾ ਸਭ ਨੂੰ, ਤਾਂ ਫਿਰ ਉਸ ਲਈ ਮੈਨੂੰ ਵੀਡੀਓ ਬਣਾਉਣੀ ਪਈ। ਅਤੇ ਫਿਰ ਵੀਡੀਓ ਨੂੰ ਯਾਰ ਦੇਖੋ ਸ਼ੇਅਰ ਕਰ ਦੇਣਾ, ਲੈ ਜਾਣਾ ਇਸ ਨੂੰ ਵੀ 1K ਪਲੱਸ ਵਿਊਜ਼। ਅਤੇ ਕਈ ਵੀਰ ਮਤਲਬ ਪੁੱਛਦੇ ਹਨ ਵੀ ਤੁਹਾਨੂੰ ਤੁਸੀਂ ਸਾਡੀ ਵੀਡੀਓ ਸ਼ੇਅਰ ਕਰ ਦਿਓ ਕਰ ਦਿਓ, ਮੈਂ ਕਰਾਂਗਾ ਬਹੁਤ ਜਲਦੀ। ਤੁਸੀਂ ਨਾ ਬਸ ਆਪਣੀ ਵੀਡੀਓ ਇੱਕ ਬੜੀ ਘੈਂਟ ਜਿਹੀ ਬਣਾ ਕੇ ਦੇਖੋ, ਤੁਹਾਨੂੰ ਉਹ ਦਿਖ ਰਿਹਾ ਹੋਵੇਗਾ ਇੰਸਟਾਗ੍ਰਾਮ ਦਾ ਨੇਮ ਅਤੇ ਡਿਸਕ੍ਰਿਪਸ਼ਨ 'ਚ ਤੁਹਾਨੂੰ ਮਿਲ ਜਾਏਗਾ ਲਿੰਕ, ਅਤੇ ਇਸ 'ਤੇ ਮੈਨੂੰ ਆਪਣੀ ਮਤਲਬ ਵੀਡੀਓ ਬਣਾ ਕੇ ਭੇਜਣਾ। ਜੇ ਮੈਨੂੰ ਬਹੁਤ ਘੈਂਟ ਲੱਗੀ ਤਾਂ ਮੈਂ ਜ਼ਰੂਰ ਕਮਿਊਨਿਟੀ ਐਪ 'ਤੇ ਸ਼ੇਅਰ ਕਰਾਂਗਾ। ਬਾਕੀ ਮੇਰੀ ਵੀਡੀਓ ਨੂੰ ਯਾਰ ਕਮੈਂਟ ਕਰਕੇ ਜ਼ਰੂਰ ਦੱਸੋ ਇੰਸਟਾਗ੍ਰਾਮ 'ਤੇ ਆਪਾਂ ਕਰਦੇ ਹਾਂ ਗੱਲ, ਅਤੇ ਦੱਸਿਓ ਰੋਸਟ ਕਿਵੇਂ ਜਿਹਾ ਲੱਗਿਆ, ਕੀ ਸੁਜੈਸ਼ਨ ਹੈ ਤਾਂ ਕੁਛ ਵੀ ਮਤਲਬ ਸਭ ਕੁਝ ਕਮੈਂਟ ਕਰਕੇ ਦੱਸ ਦੇਣਾ। ਫਿਰ ਚੰਗਾ, ਫਿਰ ਮਿਲਦੇ ਹਾਂ ਅਗਲੇ ਰੋਸਟ ਵਿੱਚ। ਬਾਏ ਬਾਏ।